उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियोस से बाखबर रह सकें। अस्सलाम वालेकुम नाज़रीन, उर्दू पॉइंट के साथ मैं हूँ आपकी मेज़बान कंवल आफ्ताब। नाज़रीन, आज मैं कंवल आफ्ताब कम और एक अल्लड़ मुटियार ज़्यादा लगी हूँ क्योंकि मैं एक गांव में आई हूँ और आपको बताना चाहती हूँ कि गांव की ज़िंदगी सादा होने के साथ साथ कितनी हसीन है। तो यहाँ पर मैं एक दिन रहूँगी, इनके साथ काम काज करूँगी और देखूँगी कि किस तरह ये अपना दिन गुजारते हैं। तो आप भी मेरे साथ आइए और करते हैं काम। ਨਾਜ਼ਰੀਨ, ਜਦੋਂ ਸਾਨੂੰ ਭੁੱਖ ਲੱਗੀ ਹੈ ਤਾਂ ਅਸੀਂ ਕਿਸ ਤਰ੍ਹਾਂ ਰੋਟੀ ਨੂੰ ਪੈਂਦੇ ਹਾਂ, ਅਤੇ ਮੈਂ ਆਪਣੀ ਇਹਨਾਂ ਦਾ ਆਪਣੇ ਖਿਆਲ ਰੱਖਣਾ ਨਾ। ਮਧੂਬਾਲਾ, ਸਪੀਡੋ, ਆਈਓ, ਰੋਟੀ ਖਾਓ ਆ ਕੇ ਜਲਦੀ। ਅਨਾਰਕਲੀ, ਪਾਣੀ ਪਾਣੀ ਪੀਓ, ਪਾਣੀ ਪੀਓ। ਚਲ ਚਲ ਚਲ, अच्छा अच्छा, पानी पी लो, पानी पी लो, पानी पी लो, पानी पी लो। चल स्पीडो, पानी पी पी लेता पानी। चल 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 चल, अजा 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 अजा। चल मेरी पी, रोटी खा रोटी खा, शाबाश शाबाश। ਚਲੋ ਹੁਣ ਆਟਾ ਗੁੰਨਣਾ ਹੈ ਸੀ, ਅਤੇ ਤੁਸੀਂ ਮੈਨੂੰ ਦੱਸਣਾ ਆਟਾ ਕਿੰਝ ਗੁੰਨੀ ਦਾ ਕਿਉਂਕਿ ਮੈਂ ਕਦੀ ਵੀ ਆਟਾ ਨਹੀਂ ਗੁੰਨਿਆ। ਹਾਂ, ਅਤੇ ਸ਼ੁਰੂ ਕਰੀਏ ਮੇਰੇ ਖਿਆਲ ਨਾਲ। ਡਾਲਾਂ ਪਾਣੀ ਹਲੇ? ਹਾਂ ਹਾਂ ਡਾਲੋ, ਸਖਤ ਪਾਣੀ, ਆਟਾ ਗੁੰਨਣਾ, ਸਖਤ ਆਟਾ ਗੁੰਨਣਾ। ਹਾਂ, ਤੰਦੂਰ ਵਿੱਚ ਸਖਤ ਆਟਾ ਲੱਗਦਾ ਹੈ, ਨਰਮ ਨਹੀਂ ਲੱਗਦਾ। ਅੱਛਾ, ਅਤੇ ਕੋਈ ਵੇਲਣਾ ਵਗੈਰਾ ਨਹੀਂ ਯੂਜ਼ ਕਰਦੇ ਤੁਸੀਂ ਰੋਟੀਆਂ ਲਾਉਂਦੇ ਹੋ? ਨਹੀਂ, ਇੱਥੇ ਨਾਲ ਹੀ ਬਣਾਉਂਦੇ, ਵੇਲਣਾ ਆਪਾਂ ਮੰਗਾ ਲੈਂਦੇ ਹਾਂ। ਨਹੀਂ ਨਹੀਂ, ਵੈਸੇ ਜ਼ਿਆਦਾਤਰ ਤੰਦੂਰ, ਅਗਰ ਮਤਲਬ ਤੰਦੂਰ 'ਚ ਰੋਟੀਆਂ ਲਾਉਂਦੇ ਨੇ ਅਤੇ ਉਹ ਵੇਲਣਾ ਇਸਤੇਮਾਲ ਕਰਦੇ ਨੇ ਕਿ ਕੀ ਨਾਮ ਹੈ? ਨਹੀਂ, ਉਹ ਵੇਲਣਾ ਇਸਤੇਮਾਲ ਕਰਦੇ ਨੇ। ਉਹ ਵੇਲਣਾ ਇਸਤੇਮਾਲ ਕਰਦੇ ਨੇ, ਕਰਦੇ ਨੇ। ਵੈਸੇ ਵੇਲਣੇ ਨਾਲ ਜ਼ਿਆਦਾ ਈਜ਼ੀ ਨਹੀਂ ਹੁੰਦੀ ਰੋਟੀ ਲਾਉਣਾ? ਹਾਂਜੀ, ਉਹਦੇ ਨਾਲ ਈਜ਼ੀ ਹੁੰਦੀ, ਆਸਾਨੀ ਹੋ ਜਾਂਦੀ ਉਹਦੇ ਨਾਲ ਲਾਉਣਾ। ਅੱਲਾ ਕੇਅਰ ਕਰੇਗਾ, ਅੱਜ ਆਟਾ ਗੁੰਨਿਆ ਜਾਏਗਾ ਕਿ ਅੱਜ ਤੰਦੂਰ ਬਲੇਗਾ। ਦੂਜੇ ਕੰਮ ਤਾਂ ਮੈਂ ਕਰ ਲਿੱਤੇ ਸੀ ਪਰ ਇਹ ਮੈਨੂੰ ਸਭ ਤੋਂ ਔਖਾ ਲੱਗ ਰਿਹਾ। ਨਮਕ ਨਹੀਂ ਇਹ 'ਚ ਪਾਉਣਾ? ਅਜੇ ਨਹੀਂ ਪਾਉਣਾ ਬਾਜੀ, ਇਹਨੂੰ ਸਖਤ ਕਰੇ ਨਾ ਸੁਹਾਰ ਕੇ। ਮੁਸ਼ਕਿਲ ਕੰਮ ਹੈ, ਕੁੜੀ ਬਣਨਾ ਵੀ ਮੁਸ਼ਕਿਲ ਕੰਮ ਹੈ। ਬਸ ਕਦੀ ਆਟੇ ਵੱਲ ਗਏ ਨਹੀਂ, ਆਟਾ ਗੁੱਝਿਆ ਗਜਾਇਆ ਮਿਲ ਜਾਂਦਾ ਸੀ ਤਾਂ ਰੋਟੀ ਪਕਾ ਲੈਂਦੀ ਸੀ, ਉਹ ਵੀ ਵੇਲਣੇ ਦੇ ਨਾਲ। ਹਾਂ, ਹੁਣ ਮੈਨੂੰ ਲੱਗ ਰਿਹਾ ਕਿ ਡਨ ਹੋ ਗਿਆ ਜੀ, ਹੁਣ ਪੱਕਾ ਵੱਲ ਸਿੱਖ ਕੇ ਹੀ ਜਾਣਾ। ਤਾਂ ਹੀ ਮੈਂ ਕਿਹਾ ਅੱਜ ਮੈਂ ਤੁਹਾਡੇ ਕੋਲ ਆਉਂਦੀ ਹਾਂ, ਤੁਹਾਡੇ ਨਾਲ ਪੂਰਾ ਦਿਨ ਗੁਜ਼ਾਰਦੀ ਹਾਂ।
ਤੇ ਵੇਖਦੀ ਹਾਂ ਕਿ ਹੋਇਆ ਹੀ ਹੈ, ਕੁਛ ਲੱਗਦਾ ਫਰਕ ਪਿਆ ਹੀ ਹੈ। ਬੜੀ ਮਿਹਨਤ ਹੈ ਅੱਲਾ ਦੀ ਕਸਮ, ਮੇਰੇ ਤੇ ਹੱਥ ਥੱਕ ਗਏ। ਖਾਣਾ ਹੀ ਸੌਖਾ ਹੈ, ਕੰਮ ਕਰਨਾ ਪਤਾ ਕਿੰਨਾ। ਖਾਣਾ ਖਾਣਾ ਬਹੁਤ ਸੌਖਾ ਹੈ, ਖਾਣਾ ਵਾਕਈ ਬੜਾ ਸੌਖਾ ਹੈਗਾ। ਚਲੋ ਅੱਜ ਤੁਸੀਂ ਮੇਰੇ ਹੱਥ ਦੀਆਂ ਰੋਟੀਆਂ ਖਾਣਾ। ਯਾ ਦੁਆਵਾਂ ਦੋ ਗਈ, ਯਾ ਬਦੁਆਵਾਂ ਦੋ ਗਈ। ਮੇਰੇ ਖਿਆਲ ਨਾਲ ਗੁੱਜਿਆ ਗਿਆ। ਨਮਕ ਪਾਓ ਇੱਕ ਮਿੰਟ ਜਰਾ, ਐਵੇਂ ਪਹਿਲੇ ਆਟਾ ਉਤਾਰ ਲਾਂ। ਅੱਛਾ ਨਮਕ ਪਾਉਣ ਨਾਲ ਵੈਸੇ ਕੀ, ਨਮਕ ਨਮਕ ਪਾਵਾਂਗੇ ਨਾ ਤੰਦੂਰ ਰੋਟੀਆਂ ਆਸਾਨੀ ਖਾੜ ਲੈਗਾ, ਨਹੀਂ ਤਾਂ ਫਿਰ ਰੋਟੀਆਂ ਥੱਲੇ ਡਿੱਗ ਜਾਣਗੀਆਂ। ਅੱਛਾ ਮਤਲਬ ਅਗਰ ਤੁਸੀਂ ਤਵੇ ਤੇ ਰੋਟੀ ਲਗਾਓ ਤੇ ਉਦੋਂ ਨਮਕ ਨਹੀਂ ਡਾਲ ਲਿਓ? ਨਹੀਂ। ਉਹ ਨਮਕ ਕਿੰਨਾ ਡਾਲਣਾ? ਨਾਜ਼ਰੀਨ ਮੈਂ ਕਾਮਯਾਬ ਹੋ ਗਈ, ਕਾਮਯਾਬ ਹੋ ਗਈ ਮੈਂ। ਮੇਰਾ ਆਟਾ ਤੁਸੀਂ ਦੇਖ ਸਕਦੇ ਹੋ, ਐਡਾ ਸਪੈਸ਼ਲ ਆਟਾ ਕਦੀ ਨਹੀਂ ਵੇਖਿਆ ਹੈਗਾ। ਹੁਣ ਇਹ ਤੰਦੂਰ 'ਚ ਅਸੀਂ ਰੋਟੀਆਂ ਪਕਾਵਾਂਗੇ ਤਾਂ ਤੁਸੀਂ ਅੱਗੇ ਦੇਖਣਾ। ਇਹ ਕਿਹਦੇ 'ਚ ਉੱਪਰੋਂ? ਹੋ ਰਹੀ ਹੈ ਰੋਟੀ। ਪਰ ਉਹ ਪਕੜ ਲਗਾਓ ਬਸ, ਜ਼ਿਆਦਾ ਨਾ ਚੱਲ। ਨਹੀਂ ਲੱਗੀ, ਪਹਿਲਾ ਐਕਸਪੀਰੀਅੰਸ ਗਲਤ ਹੋ ਗਿਆ, ਦੂਸਰਾ ਦੁਬਾਰਾ ਕਰਦੇ ਹਾਂ। ਇਹ ਵੱਡੀ ਕਿਉਂ ਨਹੀਂ ਹੋ ਰਹੀ ਹੈ? ਅਤੇ ਮੈਨੂੰ ਲੱਗ ਰਿਹਾ ਮੈਂ ਇੰਡੀਆ ਦੀਆਂ ਚਪਾਤੀਆਂ ਲਾ ਰਹੀ ਹਾਂ, ਪਾਕਿਸਤਾਨੀ ਰੋਟੀ, ਕਿਉਂਕਿ ਮਾਸ਼ਾਅੱਲਾ ਸਾਡੀ ਤਾਂ ਇਹਦੇ ਨਾਲ ਦਾੜ੍ਹ ਵੀ ਨਹੀਂ ਗਿੱਲੀ ਹੋਏਗੀ। ਅਤੇ ਮੇਰੇ ਖਿਆਲ ਨਾਲ ਹੁਣ ਨਹੀਂ। ਅੱਛਾ ਮੈਨੂੰ ਇਹ ਦੱਸੋ, ਜਿਸ ਅਗਰ ਇਸ ਤਰ੍ਹਾਂ ਇਹ ਵਾਲੀ ਸਾਈਡ ਲਾਣੀ ਤਾਂ ਗਿੱਲੀ ਹੋਣੀ ਚਾਹੀਦੀ? ਨਹੀਂ, ਜਿਹੜੀ ਸਾਈਡ ਜਿਸ ਲਾਣੀ ਉਹ ਸੁੱਕੀ ਹੋਣੀ ਚਾਹੀਦੀ, ਜਿਹੜੀ ਰੋਟੀ ਲਾਣੀ ਹੈ ਨਾ ਜੇ ਸਾਥ ਨਾਲ, ਉਹ ਸਾਈਡ ਗਿੱਲੀ ਹੋਣੀ ਚਾਹੀਦੀ, ਉਹ ਸਾਈਡ ਸਾਈਡ ਪਿੱਛੇ ਕੋਈ। ਚਲੋ ਜੀ ਲਾ ਦੇ। ਲੱਗ ਗਈ ਰੋਟੀ, ਇਨਸਾਨ ਕਾਮਯਾਬ ਹੋ ਹੀ ਜਾਂਦਾ ਕੋਸ਼ਿਸ਼ ਨਾਲ। ਪੱਕ ਰਹੀ ਹੈ ਰੋਟੀ, ਹਾਂ
دیکھ لو زبردست زبردست روٹی پک گئی ہے اب ہماری اب روٹی نکال لیں گے اس طرح تے اے لو جی فولڈ کر لیتا ہوں اسی روٹی میری کیا بات ہے پاپڑی روٹی بھی کسی نے پسند ہوں نا تو کچی یہ تھوڑا جہا اور پکن دی ہے ہاتھ ساڑ گیا اللہ کی قسم زندگی بہت اوکھی ہے محنت لگن اور روٹیاں آ جاؤ نال بیٹھو تسی بھی ناظرین اے دیکھو جڑیاں روٹیاں بنائی ہیں میں ہوں کھا کے چیک کر دیا کہ کہو جہاں بنیا چلو شروع کرو ویسے کہندے نے کر کے کھان کا اپنا ہی مزہ ہے تو واقعی اج روٹی کھان کا اپنا ہی سواد ہے کمال دی روٹی ہے روٹی پسند آئی تھی آ گئی روٹی روٹیاں بنانی آ گئی مجھے تندور دیا ایویں کہتے ہو نکمیاں نکمیاں دیکھ لو میرے گھر والے ہو جی تو ناظرین امید کرتی ہوں آپ سب کو میری آج کی ویڈیو بہت پسند آئی ہوگی آج میں گاؤں میں آئی تھی میں نے یہاں پہ سارا دن گزارا روٹیاں پکائیں اور بھی کام کاج کیے تو آپ نے دیکھا ہوگا کہ گاؤں کی زندگی کتنی مختلف اور کتنی حسین ہے مزید اس طرح کی ویڈیوز دیکھنے کے لیے مجھے دیں اجازت اور اگلی ویڈیو کو دیکھنے کے لیے اردو پوائنٹ کو دیکھنا اور لائک کرنا مت بھولے اپنی الڑ مٹیار کنول آفتاب کو دیں اجازت پھر ملیں گے ایک نئی ویڈیو نئی آئیڈیا کے ساتھ شکریہ We'll be right back.